ਸੋ ਸ਼ਿਕਲ ਦੋਸਤੋ ਸਵਾਗਤ ਆਪ ਸਭ ਦਾ ਆਪਣੇ YouTube ਦੇ ਇਸ ਚੈਨਲ Delgic Learning Point ਦੇ ਉੱਪਰ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਗੱਲ ਕਰਾਂਗੇ ਕਿ सीटेट ਦਾ ਜੋ ਪੇਪਰ ਹੈ ਉਹ 5 ਜੁਲਾਈ ਨੂੰ ਹੀ ਹੋਵੇਗਾ ਇਸ ਦੇ ਬਾਰੇ ਵਿੱਚ ਕੁਝ ਕੋ ਹਿੰਟ ਜਿਹੜੇ ਨੇ ਉਹ UP ਦੇ ਵਿੱਚ ਜੋ ਅਮਰ ਉਜਾਲਾ ਬਿਊਰੋ ਹੈ ਉਸ ਦਾ ਅਖਬਾਰ ਜੋ ਹੈ ਉਸ ਨੇ ਛਾਪੀ ਹੈ ਤੁਸੀਂ ਉਸ ਖਬਰ ਨੂੰ ਤੁਸੀਂ ਦੇਖ ਸਕਦੇ ਹੋ ਕਿ ਇਸ ਦੇ ਵਿੱਚ ਪ੍ਰਿਆਗਰਾਜ ਦਾ ਤੁਸੀਂ ਦੇਖ ਸਕਦੇ ਹੋ ECET ਦੇ ਵਿੱਚ ਜੋ ਸੀ ਕੋ ਮਾਸਕ ਲਾ ਕੇ ਹੋਂਦੀ ਸੀ ਉਹ ਕੀਤੀ ਗਈ ਹੈ ਤਾਂ ਉਹਨਾਂ ਨੇ ਲਿਖਿਆ ਕਿ ਸਭੀ ਕੇਂਦਰوں ਕੋ ਜੂਨ ਕੇ ਅੰਤਿਮ ਹਫਤਾ ਤੱਕ ਪੂਰਾ ਪਰਿਸਰ ਸੈਨੀਟਾਈਜ਼ ਕਰਨੇ ਕੀ ਨਿਰਦੇਸ਼ دیے ਗਏ ਹਨ 5 ਜੁਲਾਈ ਨੂੰ ECET ਜਿਹੜਾ ਹੋਣਾ ਹੈ ਇੱਥੇ ਇਹਨਾਂ ਨੇ ਸਪੈਸ਼ਲ ਅਸੀਂ ਸਾਰੀ ਖਬਰ ਪੜ੍ਹਦੇ ਹਾਂ ਕਿ ਕੇਂਦਰੀ ਮਾਧਿਮਿਕ ਸਿੱਖਿਆ ਬੋਰਡ CBSE ਕੀ ਹੋਰ ਸੇ ਹੋਣ ਵਾਲੀ CET ਮੇ ਮਾਸਕ ਲਗਾ ਕੇ ਆਉਣ ਵਾਲੇ ਪ੍ਰੀਖਿਆਰਥੀਆਂ ਕੋ ਹੀ ਕੇਂਦਰ ਮੇ ਪ੍ਰਵੇਸ਼ ਕੀਤਾ ਜਾਏਗਾ ਹਰ ਕੇਂਦਰ ਪਰ ਸੈਨੀਟਾਈਜ਼ਰ ਕੀ ਵਿਵਸਥਾ ਹੋਗੀ ਸੈਨੀਟਾਈਜ਼ਰ ਇਸਤੇਮਾਲ ਕਰਨੇ ਕੇ ਬਾਅਦ ਹੀ ਪ੍ਰੀਖਿਆਰਥੀ ਕਸ਼ਮੇ ਪ੍ਰਵੇਸ਼ ਕਰ ਸਕਣਗੇ सीटेड को लेकर बोर्ड की ओर से अभी से तैयारी शुरू कर दी गई है बोर्ड ने सभी केंद्रों को जून के अंतिम सप्ताह तक पूरा परिसर सैनिटाइज करने का कर निर्देश दिया है और उन सभी स्कूलों के हर कमरे में अच्छी तरह से साफ-सफाई करने को कहा गया है क्वारंटाइन सेंटर बनाए गए हैं जिथे उतै इसदा आयोजन जेड़ा 5 जुलाई नु होवेगा तो प्रदेश दे लगभग सभी जिला मुख्यालयों में परीक्षा केंद्र बनाया जाएगा ऐसा अभ्यर्थी को परीक्षा देने के लिए दूसरे शहर नहीं जाना पड़ेगा ਸੋਸ਼ਲ ਡਿਸਟੈਂਸਿੰਗ ਦਾ ਪਾਲਣ ਹੋ ਸਕੇਗਾ ਇੱਕ ਕਸ਼ਾਜ 12 ਤੋਂ 20 ਵਿਦਿਆਰਥੀ ਹੀ ਬੈਠਣਗੇ ਅਭਿਆਰਤੀਆਂ ਦੇ ਵਿੱਚ ਦੀ ਦੂਰੀ 4 ਤੋਂ 5 ਫੁੱਟ ਰੱਖੀ ਜਾਵੇਗੀ ਸੀਟਡ ਦੋ ਪਾਰਨੀਆਂ ਚ ਹੋਏਗੀ ਮਤਲਬ ਪੇਪਰ 1 ਤੇ ਜਿਹੜਾ 2 ਹੈ ਉਹ ਦੋਨੋਂ ਹੀ ਲਿੱਤੇ ਜਾਣਗੇ ਕੁ ਦਿੰਚ ਹੀ 8ਵੀਂ ਤੱਕ ਲਈ ਦੂਸਰਾ ਪ੍ਰਸ਼ਨ ਪੁੱਤਰ ਦੀ ਪ੍ਰੀਖਿਆ ਦੇਣੀ ਹੋਏਗੀ ਉਹੀ ਅਸੀਂ 10 ਕਿਡ ਪੇਪਰ 2 ਸੋ ਕੇਂਦਰੀ ਵਿਦਾਲਿਆਂ ਨੂੰ ਉਹਦੇ ਵਿਦਾਲਿਆਂ CBSE ਸਕੂਲ ਸਹਿਤ ਰਾਜ ਸਰਕਾਰਾਂ ਦੇ ਸਕੂਲਾਂ ਦੇ શિક્ષਕ ਬਣਨ ਦਾ ਮੌਕਾ ਮਿਲੂਗਾ ਉਸ ਤੋਂ ਬਾਅਦ ਮਤਲਬ ਸੀਟਡ ਜਿੱਥੇ ਯੂਜ਼ ਹੋ ਪਾਂਦਾ ਉਸ ਵਾਰ ਦਾ ਬਿਆਰਥ ਨੂੰ 2 ਘੰਟੇ ਪਹਿਲਾਂ ਪਹੁੰਚਣਾ ਪਵੇਗਾ ਤਾਂ ਕਿ ਪੀੜ ਨਾ ਹੋ ਸਕੇ ਬਾਅਦ ਚ ਅੰਦਰ ਜਿਹੜਾ ਉਹ ਬੱਚਿਆਂ ਤੋਂ ਵੇਟ ਕਰਵਾਇਆ ਜਾਏਗਾ ਗੋਲਾ ਬਣਾ ਕੇ ਉੱਥੇ ਆ ਬਿਆਰਥ ਐਡਮਿਟ卡ਡ ਦੇ ਨਾਲ ਟਰਾਂਸਪੇਰੈਂਟ ਥੈਲੀ ਲੈ ਕੇ ਜਿਹੜਾ ਉਹ ਆ ਸਕਦੇ ਨੇ ਸੋ ਇਹ ਪੂਰੀ ਖਬਰ ਸੀਗੀ ਜਿਹੜੀ ਜ਼ਰੂਰੀ ਸੀ ਕਿ ਸੀਟ ਟੈਟ ਜਿਹੜਾ ਉਹ 5 ਜੁਲਾਈ ਨੂੰ ਹੀ ਲੈਣ ਦੀ ਤਿਆਰੀ ਕੀਤੀ ਜਾ ਰਹੀ ਹੈ ਕਿਉਂਕਿ ਉਸ ਤੋਂ ਬਾਅਦ ਕੇਵੀਐਸ ਦੇ ਪੇਪਰ ਹੋਣੇ ਨੇ ਐਨਵੀਐਸ ਦੇ ਹੋਣੇ ਨੇ ਜੇ ਸੀਟ ਟੈਟ ਜਿਹੜਾ ਲੇਟ ਹੁੰਦਾ ਸੋ ਉਸ ਦਾ ਨੁਕਸਾਨ ਇਹ ਹੋਏਗਾ ਕਿ ਕੇਵੀਐਸ ਤੇ ਐਨਵੀਐਸ ਦੇ ਜਿਹੜੇ ਸਕੂਲਾਂ ਦੇ ਪੋਸਟਾਂ ਨੇ ਉਹ ਖਾਲੀ ਰਹਿ ਸਕ ਸੋ ਜੇ ਅਸੀ ਜਾਣਕਾਰੀ ਤੁਹਾਡੇ ਲਈ ਜੇ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੈ ਸੋ ਜਰੂਰ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਸ਼ੇਅਰ ਕਰੋ ਤੇ ਤੱਬ ਕੇ ਲਾਈਕ ਕਰੋ ਤੇ ਲੋਕਾਂ ਤੱਕ ਇਸ ਜਾਣਕਾਰੀ ਨੂੰ ਬਾਤੋਰ ਪਹੁੰਚਾਓ ਵੀਡੀਓ ਨੂੰ ਦੇਖਣ ਲਈ ਤੁਹਾਡਾ ਧੰਨਵਾਦ ਚੈਨਲ ਨਾਲ ਜੁੜੇ ਰਹੋ ਤੇ ਚੈਨਲ ਨਾਲ ਜੁੜੇ ਰਹਿਣ ਲਈ ਧੰਨਵਾਦ ਥੈਂਕ ਯੂ ਵੈਰੀ ਮਚ